मेरे को पुराने भांडे भी पे है, पुराने तवे वाली मशीन, पुराने रिकॉर्ड, पुराने सिक्के, हर एक चीज मैं देखो गल ये है भी ये चीज़ा बेशक आप कहें भी शो पीस रह चुकी है ना, तो क्योंकि जड़िया पुरानिया बजुर्ग बाइया ने ना उन्होंने बंद में हले भी प्यार है। ये जे पुराने रथ होंगे सके चार पहिया वाले मतलब डोली वाले, ये वो पिछली मतलब गड्डी हैगी है, ये मेरे को 30-40 साल तो पई है। रहने वाला है और मेरे बाप का नाम सरदार निरंजन सिंह है, मेरी माता का नाम सरदार माता मुख्तियार कौर है, तो दादा जी मेरे सरदार बरियाम सिंह जी, जिन्हों तो मैं ये मतलब मेरी प्रेरणा जद्दी पुश्ती मैं कम करने की प्रेरणा मिली है। तो ये जोड़ा है मैं 10वीं मैट्रिक की पिंड बदनी कलां दे विच सरकारी हाई स्कूल बदनी कलां तो 1986 दे विच मैं मैट्रिक की है, तो जिहड़ा हैगा ये काम है साडा मतलब जद्दी काम हैगा मतलब पीढ़ी दर पीढ़ी। ਕਿਹੜੀਆਂ ਚੀਜ਼ਾਂ ਬਣਾ ਚੁੱਕੇ ਹੋ ਅੱਜ ਕੱਲ੍ਹ ਜਿਵੇਂ ਪੰਜਾਬ ਦਾ ਜਿਹੜਾ ਵਿਰਸਾ ਖਤਮ ਹੁੰਦਾ ਜਾਂਦਾ, ਤੁਸੀਂ ਉਸ ਵਿਰਸੇ ਨੂੰ ਜਿੰਦਾ ਰੱਖਿਆ, ਕੀ ਚੀਜ਼ਾਂ ਬਣਾ ਲੈਂਦੇ ਹੋ ਔਰ ਕਿੱਥੇ ਕਿੱਥੇ, ਕਿਉਂਕਿ ਪੰਜਾਬ ਦੇ ਵਿੱਚ ਤਾਂ ਇਹੋ ਜਿਹੀਆਂ ਚੀਜ਼ਾਂ ਲੱਭਦੀਆਂ ਨਹੀਂ। ਵਿੱਚ ਗੱਲ ਇਹ ਹੈ ਵੀ ਬਣਾ ਲੈਂਦੇ ਹੋ ਅਤੇ ਬਣਾਇਆ, ਜਾਣੀ ਜਿਹੜੀ ਚੀਜ਼ ਅਲੋਪ ਹੋ ਗਈ ਉਹ ਲੋਕਾਂ ਵਾਸਤੇ ਬੇਸ਼ੱਕ ਅਲੋਪ ਹੋ ਚੁੱਕੀ ਹੋਵੇ, ਮੇਰੇ ਵਾਸਤੇ ਕੁਛ ਵੀ ਅਲੋਪ ਨਹੀਂ ਹੋਇਆ ਕਿਉਂਕਿ ਮੈਂ ਹਾਲੇ ਵੀ ਉਸ ਪੰਜਾਬ 'ਚ ਹੀ ਰਹਿੰਦਾ, ਮੈਂ ਹਾਲੇ ਵੀ 1970 ਵਾਲੇ ਪੰਜਾਬ 'ਚ ਹੀ ਹੈ, ਮੈਂ 2023 ਵਾਲੇ ਪੰਜਾਬ 'ਚ ਨਹੀਂ ਹੈਗਾ। ਕਾਰਨ ਕੀ ਹੈ, ਕਿਉਂਕਿ ਮੈਨੂੰ ਉਸ ਪੰਜਾਬ ਦੇ ਨਾਲ ਪਿਆਰ ਹੈ, ਜਦ ਅਸੀਂ ਖੂਹ ਵਗਦੇ ਖੂਹਾਂ ਦਾ ਪਾਣੀ ਪੀਤਾ, ਬਲਦਾਂ ਦੀਆਂ ਟੱਲੀਆਂ ਸੁਣੀਆਂ ਨੇ, ਗੱਡਿਆਂ ਦੇ ਝੂਟੇ ਲਏ ਆ, ਅਸੀਂ ਆਪ ਛੱਲੀਆਂ ਡੂੰਘੀਆਂ, ਜਾਣੀ ਆਪ ਹਲ ਵਗਦੇ ਸਾਡੇ ਵੱਡੇ ਸਾਡੇ ਆਪਦੇ ਕੋਲ ਪੈਲੀ ਹੈ, ਲੋਕਾਂ ਨੇ ਅਲੋਪ ਕੀਤੀਆਂ, ਮੈਂ ਉਸ ਚੀਜ਼ ਨੂੰ ਗੱਲ ਨਾਲ ਲਾਇਆ। ਜਿਵੇਂ ਮਤਲਬ ਸਾਡੇ ਮੈਂ ਤੁਹਾਨੂੰ ਗੱਲ ਉਦਾਹਰਨ ਦਿੰਦਾ ਵੀ ਲੋਕਾਂ ਨੇ ਗੱਡੇ ਮਚਾਤੇ, ਟਰੈਕਟਰ ਟਰਾਲੀਆਂ ਲਿਆਂਦੇ, ਮੈਂ ਹਾਲੇ ਵੀ ਗੱਡੇ ਉਸ ਵੇਲੇ ਦੇ ਗੱਡੇ ਮੇਰੇ ਹਾਲੇ ਵੀ ਮੈਂ ਸੰਭਾਲ ਕੇ ਰੱਖੇ ਆ, ਜੋ ਹਲ ਪੰਜਾਲੀਆਂ ਅਲੋਪ ਹੋ ਗਏ ਮੈਂ ਹਾਲੇ ਵੀ ਸੰਭਾਲ ਕੇ ਰੱਖੇ ਆ, ਮੈਂ ਉਹ ਬੇਸ਼ੱਕ ਮੈਨੂੰ ਜਿੱਥੋਂ ਮਿਲਦਾ ਸੀ ਮੈਂ ਹਲ ਪੰਜਾਲੀਆਂ ਆਪਦੇ ਘਰ ਲਿਆ ਲਿਆ ਕੇ ਰੱਖ ਲੈਂਦਾ ਸੀ। ਤਾਂ ਮੇਰੇ ਕੋਲ ਪੁਰਾਣੇ ਭਾਂਡੇ ਵੀ ਪਏ ਆ, ਪੁਰਾਣੇ ਤਵੇ ਵਾਲੀਆਂ ਮਸ਼ੀਨਾਂ, ਪੁਰਾਣੇ ਰਿਕਾਰਡ, ਪੁਰਾਣੇ ਸਿੱਕੇ, ਹਰ ਇੱਕ ਚੀਜ਼ ਮੈਂ ਜੋ ਵੀ ਆਪਣੇ ਘਰ ਦੇ ਵਿੱਚ ਮੌਜੂਦ ਹੈ ਮੈਂ ਉਸ ਚੀਜ਼ ਨੂੰ ਆਪਦੇ ਮਤਲਬ ਪਿਆਰ ਨਾਲ ਸੰਜੋ ਕੇ, ਇਹ ਚੀਜ਼ਾਂ ਦੇ ਨਾਲ ਪਿਆਰ ਹੈ ਮੇਰਾ, ਮੈਂ ਤਾਂ ਇਹ ਚੀਜ਼ਾਂ ਨੂੰ ਸੰਭਾਲ ਰੱਖਿਆ। ਸੱਭਿਆਚਾਰ ਨੂੰ ਪਿਆਰ ਕਰਦੇ ਆ, ਕਲਚਰ ਨੂੰ ਪਿਆਰ ਕਰਦੇ ਆ, ਉਹ ਜਿੱਥੇ ਵੀ ਮਰਜ਼ੀ ਬੈਠੇ ਹੋਣ ਉਹ ਇਸ ਗੱਲ ਨੂੰ ਮਾਇਨੇ ਨਹੀਂ ਰੱਖਦਾ ਵੀ ਉਹ ਪੰਜਾਬ ਦੇ ਆ ਬਾਹਰਲੇ ਆ। ਬਾਹਰ ਵਿਦੇਸ਼ਾਂ ਦੇ ਵਿੱਚ ਬਹੁਤ ਸਮਾਨ ਮੇਰਾ ਗਿਆ, ਮੈਂ ਮਾਡਲਾਂ ਦੇ ਰੂਪ ਦੇ ਵਿੱਚ ਬਹੁਤ ਸਮਾਨ ਤਿਆਰ ਕੀਤਾ, ਉਹ ਅਸੀਂ ਅਸਫਲ ਰਹੇ ਹਾਂ ਉਸ ਚੀਜ਼ ਦੇ ਵਿੱਚ ਵੀ ਅਸੀਂ ਨਵੀਂ ਪੀੜ੍ਹੀ ਨੂੰ ਦੱਸ ਨਹੀਂ ਸਕੇ। ਕਿ ਦੂਜੀ ਗੱਲ ਇਹ ਹੈ ਵੀ ਨਵੀਂ ਪੀੜ੍ਹੀ ਇਹ ਇੱਕ ਜਿਹੜਾ ਇੱਕ ਟੂਲ ਹੈ, ਮੰਨ ਲਓ ਹੈ ਨਾ ਅਸੀਂ ਹੁਣ ਨਵੇਂ ਯੁੱਗ ਦੇ ਵਿੱਚ ਆ ਗਏ, ਅੱਜ ਅਸੀਂ ਸਾਡੇ ਸੰਦ ਵੀ ਬਦਲ ਗਏ, ਕੰਮ ਕਰਨ ਵਾਲੇ ਸੰਦ ਬਦਲ ਗਏ, ਹੁਣ ਡਰਿੱਲਾਂ ਆ ਗਈਆਂ ਨੇ, ਬਰਮੇ ਆ ਗਏ ਨੇ, ਹੋਰ ਸੰਦ ਕਾਫੀ ਆ ਗਏ ਨੇ, ਹੈ ਨਾ। ਅਤੇ ਅਸੀਂ ਜੇ ਹੁਣ ਕਹੀਏ ਵੀ ਅਸੀਂ ਉਸੇ ਤਰੀਕੇ ਉੱਥੇ ਹੀ ਖੜ੍ਹੇ ਹਾਂ, ਸਾਨੂੰ ਨਵੇਂ ਨੂੰ ਵੀ ਅਪਣਾਉਣਾ ਪਊਗਾ, ਪੁਰਾਣੇ ਨੂੰ ਵੀ ਮਤਲਬ ਜੇ ਪੁਰਾਣੇ ਨੂੰ ਸਾਂਭਣ, ਪੁਰਾਣੀਆਂ ਚੀਜ਼ਾਂ ਸਾਂਭਣ ਯੋਗ ਹੁੰਦੀਆਂ, ਨਵੀਆਂ ਅਪਣਾਉਣ ਯੋਗ ਹੁੰਦੀਆਂ। ਸੋ ਇਹ ਹੈ ਵੀ ਜਿਹੜਾ ਸਾਡਾ ਕਲਚਰ ਹੈ ਨਾ ਉਹ ਆਪਦੇ ਕਲਚਰ 'ਚ ਰਹਿ ਕੇ ਹੀ ਸਾਨੂੰ ਸਕੂਨ ਮਿਲ ਸਕਦਾ, ਅਤੇ ਇਹ ਜਿਹੜਾ ਅਸੀਂ ਦੂਜਾ ਬੇਸ਼ੱਕ ਅਪਣਾ ਲਈਏ ਪਰ ਆਪਦੇ ਨੂੰ ਛੱਡੀਏ ਨਾ, ਆਪਦੀ ਬੋਲੀ ਨੂੰ ਅਪਣਾਓ, ਆਪਦੇ ਪਹਿਰਾਵੇ ਨੂੰ ਅਪਣਾਉਣਾ ਚਾਹੀਦਾ। ਔਰ ਦੂਸਰੀ ਗੱਲ ਹੈ ਵੀ ਮੈਂ ਤੁਹਾਨੂੰ ਕਹਿ ਚੁੱਕਿਆ ਪਹਿਲਾਂ ਵੀ ਮੈਂ 1970 ਵਾਲੇ ਪੰਜਾਬ 'ਚ ਰਹਿੰਦਾ, ਉਸ ਵੇਲੇ ਨਸ਼ਾ ਬਿਲਕੁਲ ਨਹੀਂ ਸੀ ਹੁੰਦਾ, ਔਰ ਮੈਂ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਮੇਰੀ 53 ਸਾਲ ਦੀ ਉਮਰ ਹੈ, ਮੈਂ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ, ਨਾ ਮੈਂ ਕੋਈ ਨਸ਼ਾ ਕਰਦਾ, ਸਾਡੇ ਪਰਿਵਾਰ ਦੇ ਵਿੱਚ ਨਸ਼ਾ ਨਹੀਂ ਹੈਗਾ। ਅਤੇ ਮੈਂ ਵੀ ਇਹ ਕਹਿੰਦਾ ਵੀ ਜਿਹੜੇ ਮੇਰੇ ਭਰਾ ਨਸ਼ਾ ਕਰਦੇ ਨੇ ਨਾ ਨੌਜਵਾਨ, ਉਹ ਨਸ਼ੇ ਨੂੰ ਛੱਡ ਕੇ ਪਹਿਲਵਾਨੀ ਵਾਲੇ ਪਾਸੇ ਆਓ, ਤੁਸੀਂ ਮੂੰਗਲੀਆਂ ਫੇਰੋ, ਤੁਸੀਂ ਖੁਰਾਕਾਂ ਖਾਓ, ਤੁਸੀਂ ਮੁੱਦਕਰ ਚੱਕੋ, ਤੁਸੀਂ ਕੁਸ਼ਤੀਆਂ ਲੜੋ,
ਕਿਹੜੇ ਪਾਸੇ ਤੁਸੀਂ ਪੁੱਠੇ ਪਏ ਹੋ ਗੱਲ ਆ। ਜੇ ਅਸੀਂ ਆਪਦੀ ਕਿਸਾਨੀ ਨੂੰ ਅਤੇ ਜਵਾਨੀ ਨੂੰ ਸੰਭਾਲ ਲਿਆ, ਇਹ ਜਵਾਨੀ ਅਤੇ ਕਿਸਾਨੀ ਨੂੰ ਸੰਭਾਲਣ ਦਾ ਉਪਰਾਲਾ ਹੀ ਹੈ। ਸਾਡੇ ਕੋਲ ਨਾ ਤਾਂ ਖੂਹ ਰਹੇ, ਨਾ ਬਲਦ ਰਹੇ, ਨਾ ਗੱਡੇ ਰਹੇ, ਨਾ ਰਥ ਰਹੇ, ਕੁਛ ਨਹੀਂ ਰਿਹਾ। ਅੱਜ ਇਹ ਚੀਜ਼ਾਂ ਮਿਊਜ਼ੀਅਮ ਦਾ ਸ਼ਿੰਗਾਰ ਬਣ ਗਈਆਂ। ਪਰ ਜੇ ਹੁਣ ਤੁਸੀਂ ਇਹ ਗੱਲ ਕਹੋ ਵੀ ਜਿਹੜੇ ਬੰਦੇ ਅੱਜ ਤੋਂ 35-40 ਸਾਲ ਪਹਿਲਾਂ ਪੰਜਾਬ ਛੱਡ ਕੇ ਗਏ ਸੀ, ਔਰ ਜਿਹੜੇ ਉਹਨਾਂ ਨੇ ਜਾ ਪੰਜਾਬ ਬਾਹਰ ਜਾ ਕੇ ਤਰੱਕੀਆਂ ਤਾਂ ਕਰ ਲਈਆਂ, ਠੀਕ ਠੀਕ ਹੈ ਗੱਲ, ਆਪਦੇ ਬੱਚਿਆਂ ਨੂੰ ਗੱਲਾਂ ਦੱਸਦੇ ਵੀ ਸਾਡੇ ਐਂ ਖੂਹ ਹੁੰਦੇ ਸੀ, ਐਂ ਸਾਡੇ ਸਾਰਾ ਕੁਛ ਹੁੰਦਾ ਸੀਗਾ, ਅਸੀਂ ਛੱਡ ਕੇ ਆਏ ਹਾਂ। ਅਤੇ ਜੇ ਬੱਚੇ ਕਹਿਣ ਸਾਨੂੰ ਦਿਖਾ ਕੇ ਲਿਆਓ ਖੂਹ, ਇੱਥੇ ਖੂਹ ਵੀ ਪੂਰ ਤੇ ਹਾਲਟ ਵੀ ਖਤਮ ਹੋ ਗਏ, ਸਾਰੇ ਬਲਦਾਂ ਨਾਲ ਚੱਲਣ ਵਾਲੇ ਹਰ ਇੱਕ ਚੀਜ਼ ਖਤਮ ਹੋ ਗਈ ਸਾਡੀ ਜਿਹੜੀ। ਇੱਧਰੋਂ ਗੋਰਿਆਂ ਨੇ ਸਾਡੇ ਨਾਲ ਚੰਗਿਆ ਜਿਨ੍ਹਾਂ ਨੇ ਇਹ ਚੀਜ਼ਾਂ ਸੰਭਾਲ ਕੇ ਤਾਂ ਰੱਖੀਆਂ ਨੇ, ਸਾਨੂੰ ਸਿੱਖਣਾ ਚਾਹੀਦਾ ਉਹਨਾਂ ਲੋਕਾਂ ਤੋਂ ਵੀ ਸਿੱਖਣਾ ਚਾਹੀਦਾ। ਔਰ ਸਾਨੂੰ ਜਿਹੜਾ ਅਸਲੀ ਪੰਜਾਬ ਸੀ, ਸਾਡੇ ਕੋਈ ਸਾਡੇ ਰੇਹ ਸਪਰੇ ਸਾਡੀ ਖਾ ਫਸਲ ਦੇ ਵਿੱਚ ਨਹੀਂ ਸੀ ਹੁੰਦਾ, ਸਾਡੇ ਦੁੱਧ 'ਚ ਕੋਈ ਮਿਲਾਵਟ ਨਹੀਂ ਸੀ ਹੁੰਦੀ, ਸਾਡੇ ਪਾਣੀ 'ਚ ਕੋਈ ਮਿਲਾਵਟ ਨਹੀਂ ਸੀ ਹੁੰਦੀ। ਅੱਜ ਪਾਣੀ ਦੇ ਵਿੱਚ ਕੈਮੀਕਲ ਆ ਰਹੇ ਆ, ਦੁੱਧ ਨਕਲੀ ਦੁੱਧ ਬਣ ਰਹੇ ਆ, ਨਕਲੀ ਪਨੀਰ ਬਣ ਰਹੇ ਆ। ਸੋ ਇਹ ਹੈ ਵੀ ਇਹਨਾਂ ਚੀਜ਼ਾਂ ਦੇ ਨਾਲ ਨਾਲ ਸਾਨੂੰ ਬਾਕੀਆਂ ਚੀਜ਼ਾਂ ਵਾਲੇ ਪਾਸੇ ਵੀ ਧਿਆਨ ਦੇਣ ਦੀ ਲੋੜ ਆ। ਸੋ ਇਹ ਮੇਰਾ ਕਲਚਰ ਨੂੰ ਪਿਆਰ ਕਰਨ ਵਾਲੇ ਵੀਰ ਆ ਜਿਹੜੇ, ਕਰਨਾ ਚਾਹੀਦਾ ਕਰੋ, ਪਰ ਜਿਹੜਾ ਆਪਣੇ ਆਪ ਨੂੰ ਉਸ ਥਾਂ 'ਤੇ ਲਿਆਓ ਵੀ ਅਸੀਂ ਇੱਕ ਨਰੋਆ ਪੰਜਾਬ, ਖੁਸ਼ਹਾਲ ਪੰਜਾਬ ਉਹਦੀ ਸਿਰਜਣਾ ਕਰ ਸਕੀਏ। ਸੋ ਇਹੀ ਮੇਰੇ ਸਭ ਨੂੰ ਬੇਨਤੀ।